ਜਲਦੀ ਜਲਦੀ ਸੈਯਦ ਵਾਰਿਸ ਸ਼ਾਹ ਫਰਮਾਉਂਦੇ ਆ, ਦੁਖੀਏ ਦੀ ਗੱਲ ਦੁਖੀਆ ਜਾਣੇ, ਸੁਖੀਏ ਨੂੰ ਕੀ ਖਬਰਾਂ, ਦੁਖੀਏ ਦੀ ਗੱਲ ਦੁਖੀਆ ਜਾਣੇ, ਸੁਖੀਏ ਨੂੰ ਕੀ ਖਬਰਾਂ। ਸੱਜਣ ਜਿਨ੍ਹਾਂ ਦੇ ਮੌਤ ਨੇ ਮਾਰੇ ਰੋਂਦੇ ਤੱਕ ਤੱਕ ਖਬਰਾਂ, ਸੱਜਣ ਜਿਨ੍ਹਾਂ ਦੀ ਮੌਤ ਨੇ ਮਾਰੇ ਰੋਂਦੇ ਤੱਕ ਤੱਕ ਖਬਰਾਂ। ਨਾ ਟੀਵੀ ਦੇ ਚਾਰ ਜਾਫੀ ਸੋਹਣੇ ਦੇ ਤਗੜੇ ਜਵਾਨ ਜਾਫੀ ਯੰਗ ਟੈਲੈਂਟ ਆ ਜੀ ਨਾ ਟੀਵੀ ਦਾ। ਅੱਜ ਜਿੰਨੇ ਵੀ ਕਬੱਡੀ ਦੇ ਪਲੇਅਰ ਤੁਹਾਡੇ ਸਾਹਮਣੇ ਸ਼ੋਅ ਹੋਣਗੇ, ਇਹ ਸਾਰੇ ਨਾ ਟੀਵੀ ਦੇ ਜੂਨੀਅਰ ਪਲੇਅਰ ਆ, ਔਰ ਜੂਨੀਅਰ ਪਲੇਅਰ ਇਨਸ਼ਾਅੱਲਾ ਇਹ ਹੀ ਇੱਕ ਦਿਨ ਸੀਨੀਅਰ ਪਲੇਅਰ ਹੋਣਗੇ। ਇਹਨਾਂ ਦਾ ਸ਼ੌਕ ਆ, ਇਹਨਾਂ ਦੀ ਮੁਹੱਬਤ ਆ ਕਿ ਇਹਨਾਂ ਨੇ ਇਨਵਾਈਟ ਕੀਤਾ ਨਾ ਟੀਵੀ ਵੱਲੋਂ। ਪਹਿਲਾ ਬੈਂਡ ਪਾਉਣ ਵਾਸਤੇ ਜੈ ਜੈ ਜੀ ਹਸਨ ਭੱਟੀ, ਅੱਲਾਹ ਕਬੱਡੀ ਕਲੱਬ ਦੇ ਚਾਰ ਜਾਫੀ ਹਸਨ ਖਾਨ ਲੱਗਾ ਤੇ ਬੈਂਡ ਹੋਇਆ ਜੀ ਹਸਨ ਭੱਟੀ ਦਾ, ਬੈਂਡ ਹੋਇਆ ਹਸਨ ਭੱਟੀ ਦਾ, ਐਹਸਾਨ ਪੱਟੀ ਦਾ। ਅੱਲਾਹ ਕਬੱਡੀ ਕਲੱਬ ਵੱਲੋਂ ਪਹਿਲਾ ਬੈਂਡ ਵਾਸਤੇ ਆ ਰਿਹਾ ਜੀ ਸਜਾਦ ਕਬੱਡੀ ਸ਼ਹਿਜ਼ਾਦ ਚੀਤਾ, ਨਾ ਟੀਵੀ ਦਾ ਚਾਰ ਜਾਫੀ ਅਲੀ ਕਿੱਲ, ਅਲੀ ਕਿੱਲ ਦੇ ਸ਼ਹਿਜ਼ਾਦ ਚੀਤਾ, ਅਲੀ ਕਿੱਲ ਸ਼ਹਿਜ਼ਾਦ ਚੀਤਾ, ਬੈਂਡ ਹੋਇਆ ਸ਼ਹਿਜ਼ਾਦ ਚੀਤੇ ਦਾ, ਬੈਂਡ ਹੋਇਆ ਸ਼ਹਿਜ਼ਾਦ ਚੀਤੇ ਦਾ। ਲਾਲਾ ਸੈਫ ਕੰਬੋ, ਲਾਲਾ ਸਾਹਿਬ ਕਿਉਂ ਕੰਬੋ ਗਿਆ ਜੀ, ਅੱਗੋਂ ਲੱਗਾ ਅਸਦ ਖਾਨ, ਅਸਦ ਖਾਨ ਦੇ ਸੈਫ ਕੰਬੋ, ਅਸਦ ਖਾਨ ਦੇ ਸੈਫ ਕੰਬੋ। ਘੜੀ ਦੀ ਸੂਈ ਟਕ 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 ਕਰਦਿਆਂ ਰਿਹਾ, ਘੜੀ ਦੀ ਸੂਈ ਟਕ ਟਕ ਕਰਦਿਆਂ ਰਿਹਾ, ਬੈਠ ਹੋਇਆ ਸੈਫ ਕੰਬੋ ਦਾ, ਬੈਠ ਹੋਇਆ ਸੈਫ ਕੰਬੋ ਦਾ। ਲੱਗਾ ਜੱਫਾ ਦੀ ਪਿੜ ਵਿੱਚ ਸ਼ੋਰ ਹੋਇਆ ਭਈ ਵਿੱਚ ਮੈਦਾਨ ਦੁਹਾਈ ਯਾਰੋ, ਲੱਗਾ ਜੱਫਾ ਦੇ ਪਿੜ ਵਿੱਚ ਸ਼ੋਰ ਹੋਇਆ ਭਈ ਵਿੱਚ ਮੈਦਾਨ ਦੁਹਾਈ ਯਾਰੋ, ਭਈ ਵਿੱਚ ਮੈਦਾਨ ਦੁਹਾਈ ਯਾਰੋ। ਅੱਜ ਦੇ ਸਾਡੇ ਰੈਫਰੀ ਸ਼ਾਦੀ ਦੇ ਨੌਜਵਾਨ ਆਪਣੇ ਸਾਹਮਣੇ ਜ਼ਾਹਦ ਹੈ ਜੀ ਜ਼ਾਹਦ, ਨਾ ਟੀਵੀ ਦੇ ਚਾਰ ਜਾਫੀ ਸੋਹਣੇ ਦੇ ਤਗੜੇ ਜਵਾਨ ਜਾਫੀ, ਅਲੀ ਕਿੱਲ ਇੱਕ ਸਾਈਡ ਦੇ ਬਾਜੀਗਰ, ਕੰਨੀ ਦੇ ਬਾਜੀਗਰ ਤੇ ਅਲੀ ਕਿੱਲ, ਇਹ ਲੱਗਾ ਜੀ ਸਵਾਦ, ਬੈਠ ਹੋਇਆ ਜੈਕ ਗਿਆ ਜੋ ਤੇ ਚਾਰ ਜਾਫੀ ਅੱਲਾਹ ਕਬੱਡੀ ਕਲੱਬ ਵੱਲੋਂ ਆਕਬ ਗੁਜਰ, ਆਕਬ ਗੁਜਰ ਦੇ ਜੈਕ, ਘੜੀ ਦੀਆਂ ਸੂਈਆਂ ਟਕ ਟਕ ਕਰਦੀਆਂ ਹੋਈਆਂ, ਘੜੀ ਦੀਆਂ ਸੂਈਆਂ ਟਕ ਟਕ, ਚੋਵਾਂ ਤਗੜਾ ਮੁਕਾਬਲਾ। ਸਾਡੇ ਅੱਜ ਦੇ ਮੁੱਖ ਮਹਿਮਾਨ ਇੱਜ਼ਤ ਬਾਪ ਕਿਸੇ ਤਰ੍ਹਾਂ ਦੇ ਮੁਹਤਾਜ ਨਹੀਂ। ਲਓ ਜੀ ਜੈਕ ਇੱਕ ਤਗੜਾ ਮੁਕਾਬਲਾ ਨਾ ਟੀਵੀ ਦੀ ਧਰਤੀ ਤੇ, ਲਓ ਜੀ ਬੈਠ ਹੋਇਆ ਆਕਬ ਗੁਜਰ ਦਾ, ਬੈਠ ਹੋਇਆ ਆਕਬ ਗੁਜਰ ਦਾ। ਯਾਸਰ ਬੱਟੀ ਸ਼ਫੀਕ ਖੋਖਰ ਸਾਜਦ ਠੰਡੀ ਖੂਹੀ ਵਾਲੇ, ਇਹਨਾਂ ਨੂੰ ਵੈਲਕਮ ਕਹਿੰਦੇ ਆ ਜੀ। ਬਲਾਲ ਕਮਾਂਡੋ ਆ ਜੀ ਅੱਲਾਹ ਕਬੱਡੀ ਕਲੱਬ ਹਲੋ ਪੈਣ ਪਾਉਣ ਵਾਸਤੇ ਆ ਜੀ ਬਲਾਲ ਕਮਾਂਡੋ। ਇੱਕ ਸਾਈਡ ਦੇ ਵਾਲੀ ਕਿੱਲ, ਇਹ ਲੱਗਾ ਬਾਜੀਗਰ, ਲੈ ਬਾਜੀਗਰ ਦੇ ਬਲਾਲ ਕਮਾਂਡੋ ਤਗੜਾ ਮੁਕਾਬਲਾ। ਲਾਲ ਕੱਛਾ ਦੇ ਨੀਲੇ ਕੱਛੇ ਵਾਲਾ ਬਾਜੀਗਰ, ਬੈਠ ਹੋਇਆ ਬਲਾਲ ਕਮਾਂਡੋ ਦਾ, ਬੈਠ ਹੋਇਆ ਅੱਲਾਹ ਕਬੱਡੀ ਕਲੱਬ ਹੱਪੇ ਸਟੇਸ਼ਨ ਦਾ। ਅਹਿਸਾਨ ਪੱਟੀ
ਲਓ ਜੀ ਰਿਆਜ਼ ਪਠਾਨ ਇਹ ਪੈ ਗਏ ਪਠਾਨ ਨਾਲ ਪੇਚਾ, ਪੈ ਗਿਆ ਪਠਾਨ ਨਾਲ ਪੇਚਾ। ਆਸਾਨ ਪੱਟੀ ਦੇ ਪਠਾਨ, ਆਸਾਨ ਪੱਟੀ ਦੇ ਪਠਾਨ ਬੈਠ ਹੋਇਆ, ਆਸਾਨ ਪੱਟੀ ਦਾ ਬੈਠ ਹੋਇਆ, ਆਸਾਨ ਪੱਟੀ ਦਾ। ਯਾਰ ਤੁਸੀਂ ਪੈਸੇ ਨੀ ਦੇਣੇ, ਕਲੈਪਿੰਗ ਤਾਂ ਕਰਦਿਆ ਕਰੋ ਯਾਰ ਪਲੇਅਰਾਂ ਵਾਸਤੇ। ਸ਼ੀਸ਼ ਨਾਗ ਵੀ ਗਰਾਊਂਡ ਚ ਆ ਗਿਆ, ਇਹਨੂੰ ਵੀ ਵੈਲਕਮ ਕਹਿੰਦੇ ਆ। ਅਲੀ ਸੰਧੂ, ਅਲੀ ਸੰਧੂ ਦੇ ਦੁੱਲਾ, ਦੁੱਲਾ ਦੇ ਅਲੀ ਕਿੱਲ, ਦੁੱਲਾ ਦੇ ਅਲੀ ਕਿੱਲ, ਤਗੜਾ ਚੱਫਾ ਇੱਥੇ ਲੱਗਾ ਜੀ, ਉਹ ਤਗੜਾ ਚੱਫਾ ਆਇਓ, ਤਗੜਾ ਚੱਫਾ ਅਲੀ ਕਿੱਲ, ਅਲੀ ਕਿੱਲ ਦੇ ਦੁੱਲਾ। ਲਓ ਜੀ ਬੈਠ ਹੋਇਆ ਦੁੱਲੇ ਦਾ, ਬੈਠ ਹੋਇਆ ਦੁੱਲੇ ਦਾ, ਬੈਠ ਹੋਇਆ ਦੁੱਲੇ ਦਾ। ਲਾਲਾ ਸੈਫ ਨਾਠੀ ਵੀ ਅੱਲੋ, ਲਾਲਾ ਸੈਫ ਚਾਰ ਜਾਫੀਆ। ਲਓ ਜੀ ਚੇਬਾ ਗੁੱਜਰ ਦੇ ਲਾਲਾ ਸੈਫ ਬੈਠ ਹੋਇਆ, ਲਾਲੇ ਸੈਫ ਦਾ ਬੈਠ ਹੋਇਆ, ਬੈਠ ਹੋਇਆ ਚੇਬੇ ਗੁੱਜਰ ਦਾ। ਰੈਫਰੀ ਕੀ ਹੈ, ਰੈਫਰੀ ਦਾ ਫੈਸਲਾ ਦੱਸੋ ਯਾਰ। ਬੈਠ ਹੋਇਆ ਚੇਬੇ ਗੁੱਜਰ ਦਾ, ਇਹ ਬਾਈ ਵੀਲਰ ਫੇਲ ਕਰਦਾ ਐਸ ਕੀ ਚੇਬੇ ਗੁੱਜਰ ਨੇ। ਸਾਡੇ ਅੱਜ ਦੇ ਕਬੱਡੀ ਮੈਚ ਦੇ ਮੌਜੂਦ ਮਹਿਮਾਨ ਨੇ ਗ੍ਰਾਮੀ ਕਿਸੇ ਤਰਫ ਦੇ ਮੁਹਤਾਜ ਨਹੀਂ, ਮੁਹੰਮਦ ਆਸਫ ਬੱਟੀ ਜ਼ਾਹਦ ਆਇਆ ਜੀ, ਅੱਲਾਹੁ ਕਬੱਡੀ ਕਲੱਬ ਵੱਲੋਂ ਜ਼ਾਹਦ ਮਿਹਰਬਾਨ ਵਾਸਤੇ ਆਇਆ। ਅੱਗੋਂ ਫੌਜੀ, ਇਹ ਵੀ ਫੌਜੀ, ਦੇਖੋ ਜ਼ਾਹਦ, ਇਹ ਫੌਜੀ ਦੇ ਜ਼ਾਹਦ। ਲਓ ਜੀ ਬੈਠ ਹੋਇਆ ਜ਼ਾਹਦ ਦਾ, ਬੈਠ ਹੋਇਆ ਜ਼ਾਹਦ ਦਾ। ਮੇਰਾ ਭਾਈ ਲੜਨਾ ਨਹੀਂ ਹੈ, ਗਰਾਊਂਡ ਦੇ ਵਿੱਚ ਹਾਦਸਾ ਨਹੀਂ ਕਰਨਾ, ਇੰਜੋਏ ਕਰਿਆ ਕਰੋ ਖੇਲ ਨੂੰ, ਬਰਦਾਸ਼ਤ, ਬਰਦਾਸ਼ਤ ਬੜੀ ਚੀਜ਼ ਹੈ, ਬਰਦਾਸ਼ਤ ਕਰਿਆ ਕਰੋ। ਲਓ ਜੀ ਨਾਟ ਹੀ ਵੇਲੋ ਗਿਆ ਜੀ, ਸ਼ੀਸ਼ ਨਾਗ ਹਰਾ ਪਾਇਆ ਤੇ ਚਿੱਟਾ ਚੋਇਆ, ਜਿੱਤ ਹੋਇਆ ਤੇ ਛੱਡੀ। ਜੋਈਆ ਦਾ ਪੁੱਤ ਪਿੰਡ ਵਿੱਚ ਆਇਆ ਖੇਡਣ ਫੇਰ ਕਬੱਡੀ, ਆਇਆ ਜੀ ਜਬਰਾਨ ਜੋਈਆ, ਜਬਰਾਨ ਜੋਈਆ ਚਾਰ ਜਾਫੀ। ਅੱਲਾਹੁ ਕਬੱਡੀ ਵੱਲੋਂ ਆਕਬ ਗੁੱਜਰ ਦੇ ਜਬਰਾਨ ਜੋਈਆ, ਆਕਬ ਗੁੱਜਰ ਦੇ ਜਬਰਾਨ ਜੋਈਆ ਚੜ੍ਹਦੇ ਸਮੇਂ ਦਾ ਜਾਫੀ। ਲਓ ਜੀ ਆਕਬ ਗੁੱਜਰ ਬੈਠ ਹੋਇਆ, ਆਕਬ ਗੁੱਜਰ ਦਾ ਬੈਠ ਹੋਇਆ, ਆਕਬ ਗੁੱਜਰ ਦਾ। ਆਉਣ ਵਾਲੇ ਸਮੇਂ ਦਾ ਇੱਕ ਬਿਹਤਰੀਨ ਰੇਡਰ ਆ ਜੀ ਸਾਡੇ ਨਾਲ ਟੀਵੀ ਦਾ, ਜਬਰਾਨ ਜੋਈਆ, ਸਜਾਦ ਚੀਤਾ ਬੁੱਤੀਆਂ ਦੇ ਖੜਿਆ ਜੀ, ਸਜਾਦ ਚੀਤਾ ਵਿਸਲ ਵੱਜੀ ਤੇ ਦੌੜ ਕੇ ਗਿਆ ਜੀ ਸਜਾਦ ਚੀਤਾ। ਚਾਰ ਜਾਫੀ ਆ ਜੀ ਬਾਜੀਗਰ ਦੇ ਲਈ ਕਿੱਲ। ਲਓ ਜੀ ਲੱਗਾ ਬਾਜੀਗਰ ਤੇ ਸ਼ਜ਼ਾਦ ਚੀਤਾ, ਤਗੜਾ ਮੁਕਾਬਲਾ। ਪੈ ਗਏ ਨੇ ਅੱਜ ਕੁੰਡਲ ਮੂਰੇ ਭਰੇ ਸਰੀਰਾਂ ਦੇ, ਪੱਟ ਚ ਤੀਰਾਂ ਵਰਗੇ, ਡੋਲੇ ਵਾਂਗ ਜਗੀਰਾਂ ਦੇ, ਹਿੱਤ ਸਿਰ ਦੀ ਟੱਕਰ ਲੱਗੀ ਜ਼ੋਰ ਜਸਾਨਾਂ ਦਾ। ਅੱਜ ਪਾਸੇ ਬਹਿ ਕੇ ਵੇਖ ਸੋਣਿਆ ਜ਼ੋਰ ਜਵਾਨਾਂ ਦਾ, ਲੱਗਾ ਜੱਫਾ ਬੜੇ ਸ਼ੋਰ ਹੋਇਆ ਬਈ, ਪੈ ਗਏ ਵਿੱਚ ਮੈਦਾਨ ਦੁਹਾਈ ਯਾਰੋ। ਬਾਜੀਗਰ ਕਹਿੰਦਾ ਅੱਜ ਮੈਂ ਨਹੀਂ ਜਾਣ ਦੇਣਾ, ਜਿੰਨਾ ਮਰਜ਼ੀ ਜ਼ੋਰ ਲਾ ਲਵੇ ਸਾਈ ਯਾਰੋ, ਜਿੰਨਾ ਮਰਜ਼ੀ ਜ਼ੋਰ ਲਾ ਲਵੇ ਸਾਈ ਯਾਰੋ। ਲਓ ਜੀ ਸਾਣ ਪੱਟੀ, ਸਾਣ ਪੱਟੀ ਗਿਆ ਜੀ ਡਬਲ ਟੱਚ। ਸਾਡੇ ਅੱਜ ਦੇ ਮੁੱਖ ਮਹਿਮਾਨ ਫੁੱਲਾਂ ਵਰਗੀ ਸ਼ਖਸੀਅਤ, ਗ੍ਰੇਸਫੁਲ ਪਰਸਨੈਲਿਟੀ, ਸਾਡੀਆਂ
ਇਸ ਕਬੱਡੀ ਮੈਚ ਨੂੰ ਚਾਰ ਚੰਦ ਲੈ ਜੀ ਮੁਹੰਮਦ ਆਸਫ ਭੱਟੀ ਨੰਬਰਦਾਰ ਇਹਨਾਂ ਦੇ ਨਾਲ ਆ ਜੀ ਸੁਨੀਲ ਭੱਟੀ ਨੰਬਰਦਾਰ ਸਾਹਿਬ ਇਹਨਾਂ ਦਾ ਵੈਲਕਮ ਕਹਿੰਦੇ ਹਾਂ ਜੀ ਇਹਨਾਂ ਨੇ ਸਾਡੀ ਇੱਕ ਆਵਾਜ਼ ਨਾਲ ਲੱਭਈ ਆਖਿਆ ਇਹਨਾਂ ਦੀ ਮਮਤਾ ਦਾ ਸ਼ੁਕਰੀਆ ਸਾਡੇ ਇਸ ਕਬੱਡੀ ਮੈਚ ਨੂੰ ਸਪੋਰਟ ਕਰਨ ਵਾਸਤੇ ਆਇਆ ਜੀ ਇਹਨਾਂ ਦੀ ਮਮਤਾ ਦਾ ਲੱਖ ਲੱਖ ਸ਼ੁਕਰੀਆ ਜੀ ਸਾਡੇ ਤੁਸੀਂ ਆਓ ਤੇ ਚਾਹ ਚੜ ਜਾਂਦੇ ਚਾਹਵਾਂ ਦੇ ਨਾਲ ਸਾਹ ਚੜ ਜਾਂਦੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਇਸ ਕਬੱਡੀ ਮੈਚ ਦੇ ਮਹਿਮਾਨ ਨੇ ਖਸੂਸੀ ਸਾਡੇ ਲਾੜੇ ਮੁਹੰਮਦ ਆਸਫ ਭੱਟੀ ਨੰਬਰਦਾਰ ਸਾਹਿਬ ਇਹਨਾਂ ਨੂੰ ਵੀ ਵੈਲਕਮ ਕਹਿੰਦੇ ਹਾਂ ਜੀ ਲਓ ਜੀ ਬੈਠ ਹੋਇਆ ਲਾਲੇ ਸੈਫ ਦਾ ਬੈਠ ਹੋਇਆ ਲਾਲੇ ਸੈਫ ਦਾ ਯਾਰ ਸਟੇਜ ਤੋਂ ਥੋੜ੍ਹਾ ਖਾਲੀ ਹੋ ਜਾਓ ਛੋਟੇ ਫਿਰ ਗਿਆ ਚਪਰਾਣ ਚੋਈਆ ਚੋਈਆਂ ਦਾ ਮੁੰਡਾ ਲਾ ਜੀ ਚੋਈਆਂ ਦਾ ਮੁੰਡਾ ਬੈਠ ਹੋਇਆ ਚੋਈਆਂ ਦੇ ਮੁੰਡੇ ਦਾ ਬੈਠ ਹੋਇਆ ਚੋਈਆਂ ਦੇ ਮੁੰਡੇ ਦਾ ਚਪਰਾਣ ਚੋਈਏ ਦਾ ਉਡਵੇਂ ਸੱਪ ਦਾ ਬੈਠ ਹੋਇਆ ਜ਼ਾਹਦਾ ਬੈਠ ਹੋਇਆ ਜ਼ਾਹਦਾ ਆਸਾਨ ਭੱਟੀ ਅੱਧਾ ਹੁਕ ਵੱਡੀ ਵੱਲੋਂ ਚਾਰ ਜਾਫੀ ਚੋੜੇ ਦੇ ਤਗੜੇ ਜਵਾਨ ਜਾਫੀ ਭਰੀਆਂ ਜਵਾਨੀਆਂ ਮੁੰਡਿਆਂ ਦੀਆਂ ਫੇਰ ਆਇਆ ਜੀ ਸ਼ਹਿਜ਼ਾਦ ਚੀਤਾ ਤੇ ਕੋਲ ਗਿਆ ਅਲੀ ਕਿਲ ਅਲੀ ਕਿਲ ਤੇ ਸ਼ਹਿਜ਼ਾਦ ਚੀਤਾ ਅਲੀ ਕਿਲ ਤੇ ਸ਼ਹਿਜ਼ਾਦ ਚੀਤਾ ਤਗੜਾ ਮੁਕਾਬਲਾ ਅਲੀ ਕਿਲ ਤੇ ਸ਼ਹਿਜ਼ਾਦ ਚੀਤਾ ਸਿੰਘਾਂ ਦੇ ਵਿੱਚ ਸਿੰਘ ਫਸੇ ਹੋਇਆ ਸਿੰਘਾਂ ਦੇ ਵਿੱਚ ਸਿੰਘ ਫਸੇ ਹੋਇਆ